ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ ਜੀ, ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ, ਅਸੀਂ ਮੁਸਕਰਾਉਂਦੇ ਰੱਖੇ। ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਲੈਣੀ ਸ਼ੁਰੂ। ਜਿਤਨੇ ਵੀ ਦੋਸਤ ਸਾਡੇ ਚੈਨਲ 'ਤੇ ਪਹਿਲੀ ਦਫਾ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਵੀ ਕਰ ਲਓ, ਦੋਸਤਾਂ ਵਿੱਚ ਵੀ ਸ਼ੇਅਰ ਕਰੋ ਅਤੇ ਇੱਕ ਪਿਆਰਾ ਜਿਹਾ ਕਮੈਂਟ ਕਰੋ। ਅਤੇ ਗਰਮੀ ਬਹੁਤ ਜ਼ਿਆਦਾ, ਆਵਾਜ਼ ਸਹੀ ਸਾਫ਼ ਰਿਕਾਰਡ ਹੋਵੇ, ਪੱਖਾ ਜ਼ਰਾ ਬੰਦ ਕੀਤਾ। ਅਤੇ ਬਾਕੀ ਹੈ ਜੇਠ ਦੀ ਅੱਜ ਆਖਰੀ ਉਡਾਉਣ ਦੀ, ਤੁਸੀਂ ਵੀਡੀਓ ਦੇਖੋ ਅਤੇ ਸਟਾਰਟਿੰਗ ਪੁਆਇੰਟ ਅਸੀਂ ਬਾਅਦ ਵਿੱਚ ਰਿਕਾਰਡ ਵੇ ਕਰਨੇ। ਮਾਸ਼ਾਅੱਲਾ ਕਬੂਤਰ ਬੜੇ ਅੱਛੇ ਉੱਡੇ ਨੇ, ਠੀਕ ਹੈ, 10 ਪਰਿੰਦੇ ਬੈਠੇ ਨੇ, ਠੀਕ ਹੈ। ਤਕਰੀਬਨ ਤੀਸਰਾ, ਚੌਥਾ, ਪੰਜਵਾਂ, ਸੱਤਵਾਂ, ਅੱਠਵਾਂ ਮੁਸਲਿਫ ਨੰਬਰ ਲੱਗੇ ਨੇ ਕਾਫੀ ਕੱਪਾਂ ਵਿੱਚ, ਜਿਹੜਾ ਨਾ ਚੌਥਾ ਨੰਬਰ ਤਹਿਸੀਲ ਖਾਰੀਆਂ ਦੇ ਵਿੱਚ ਲੱਗਿਆ। ਕਬੂਤਰ ਜਿਕਨ ਦੋ ਫਿਰ ਤਾਂ ਬਿਲਕੁਲ ਹੀ ਤੂਫਾਨ ਦੀ ਨਜ਼ਰ ਕਬੂਤਰ ਹੋ ਗਏ। ਉਸ ਹਿਸਾਬ 'ਤੇ ਜੇ ਦੇਖੀਏ ਤਾਂ ਰਿਜ਼ਲਟ ਮੈਂ ਤਾਂ ਕਹਿੰਦਾ ਬਹੁਤ ਅੱਛਾ ਰਿਜ਼ਲਟ ਆਇਆ, ਠੀਕ ਹੈ। ਖਾਸ ਕਰ ਜਿਸ ਦਿਨ 10 ਪਰਿੰਦੇ ਨਹੀਂ ਆਏ, ਹਨੇਰੀ ਬਹੁਤ ਤੇਜ਼ ਆ ਗਈ, ਉਸ ਤੋਂ ਬਾਅਦ 10 ਪਰਿੰਦੇ ਨਵੇਂ ਪਾਏ ਨੇ, ਉਹ ਸਾਰੇ ਪਰਿੰਦੇ ਬੜੇ ਅੱਛੇ ਉੱਡੇ ਨੇ ਆਖਰੀ 3-4 ਫਿਰਤਾਂ, ਜਿਹਦੀ ਵਜ੍ਹਾ ਨਾਲ ਹਾਲਾਂਕਿ ਨੰਬਰਾਂ ਤੋਂ ਬਿਲਕੁਲ ਆਊਟ ਆਏ ਅਸੀਂ, ਅਤੇ ਉਹਨਾਂ ਕਬੂਤਰਾਂ ਹਿੰਮਤ ਕੀਤੀ ਹੈ, ਉਸਤਾਦਾਂ ਵੀ ਮਿਹਨਤ ਕੀਤੀ ਹੈ ਅਤੇ ਨੰਬਰਾਂ ਵਿੱਚ ਆ ਗਿਆ। ਅਤੇ ਬਾਕੀ ਠੀਕ ਹੈ, ਤੁਸੀਂ ਹੁਣ ਵੀਡੀਓ ਦੇਖੋ, ਜਿਸ ਟਾਈਮ ਵੀਡੀਓ ਮੁਕੰਮਲ ਖਤਮ ਹੋ ਜਾਏਗੀ ਪੂਰੀ, ਅਤੇ ਉਸ ਤੋਂ ਬਾਅਦ ਅੱਲਾ ਦੇ ਵਾਲੇ ਹੋ ਜਾਵਾਂਗੇ, ਤੁਹਾਡਾ ਹੁਣ ਜ਼ਿਆਦਾ ਟਾਈਮ ਨਹੀਂ ਜ਼ਾਇਆ ਕਰਦੇ, ਅਤੇ ਤੁਸੀਂ ਵੀਡੀਓ ਦੇਖੋ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ। ਉਸਤਾਦ ਚੌਧਰੀ ਹੁਰਮ ਛੱਤ, ਪੀਰ ਫਵਾਦ ਜ਼ੀਮ, ਅਮਰਾ ਕਲਾਂ। ਇਹ ਪਹਿਲੇ ਕਬੂਤਰ ਨੂੰ ਮੋਹਰ ਲੱਗਣ ਲਈ ਹੈ। ਦੂਜਾ ਕਬੂਤਰ, ਇਹ ਤੀਜਾ ਕਬੂਤਰ, ਇਹ ਚੌਥਾ ਕਬੂਤਰ, ਇਹ ਚਾਰ ਮਾਦੀਆਂ ਮੋਹਰਾਂ ਲੱਗ ਗਈਆਂ ਨੇ, ਅਤੇ ਬਾਕੀ ਨਰਾਂ ਨੂੰ ਜਾ ਕੇ ਮੋਹਰਾਂ ਲਵਾਉਂਦੇ ਹਾਂ ਉਹਦਾ। ਚਾਰ ਮਾਦੀਆਂ ਅਤੇ 7 ਨਰ। ਪੰਜਵਾਂ ਕਬੂਤਰ, ਇਹ ਛੇਵਾਂ, ਇਹ ਸੱਤਵਾਂ ਕਬੂਤਰ, ਇਹ ਅੱਠਵਾਂ ਕਬੂਤਰ, ਇਹ ਨੌਵਾਂ ਕਬੂਤਰ, ਇਹ ਦਸਵਾਂ, ਇਹ 11ਵਾਂ ਕਬੂਤਰ। ਇਹ ਦੋਸਤੋ ਭਰਾਓ 7 ਨਰਾਂ ਨੂੰ ਮੋਹਰਾਂ ਲਵਾ ਲਈਆਂ ਨੇ। ਤੇ ਇਹ ਭਾਈ ਹੋਰੀ ਮੁਨਸਫ ਆਏ ਨੇ, ਮੋਹਰਾਂ ਸ਼ੋਹਰਾਂ ਨਾਲ ਲੱਗ ਗਈਆਂ ਨੇ ਨਾ, ਤੇ ਕਿਹੜੀ ਛੱਤ ਦੀ ਤਰਫਾਂ ਆਏ? ਫਰੋਕ ਤਿੰਨ ਚਾਰ। ਦੋਸਤੋ ਭਰਾਓ ਦੁਆ ਕਰਿਓ ਅੱਲਾ ਦੇ ਵਾਲੇ।
ਇਹ ਦੋਸਤੋ ਭਰਾਓ ਪਹਿਲਾਂ ਕਬੂਤਰ ਹੈ, ਬਹਿਣੇ ਦੇ ਕਰੀਬ ਆਏ ਆ। ਹੈਲੋ, ਬਸ 28:44 ਸੈਕਿੰਡ। ਇਹ ਦੋਸਤੋ ਭਰਾਓ ਦੂਜਾ ਕਬੂਤਰ ਸਲੇਟੀ, ਮਾਸ਼ਾਅੱਲਾ ਚੰਗੀ ਪ੍ਰਵਾਜ਼ ਦਿੱਤੀ ਸੋ, ਬਿਲਕੁਲ ਬੈਠਣ ਦੇ ਕਰੀਬ ਹੈ। ਮਾਸ਼ਾਅੱਲਾ ਬਹਿ ਗਿਆ। ਟਾਈਮ ਦੱਸ ਦਿਓ ਜੀ, ਕਿਹੜਾ ਟਾਈਮ ਹੋਇਆ ਜੀ? 45 45 ਸੈਕਿੰਡ ਵਿੱਚ। 3rd ਕਬੂਤਰ ਬਹਿਣੇ ਦੇ ਜੀ ਕਰੀਬ ਆ ਗਿਆ। ਬਹਿ ਗਿਆ ਜੀ 3rd ਕਬੂਤਰ। ਟਾਈਮ ਕੀ ਹੋ ਗਿਆ ਜੀ? 24 ਸੈਕਿੰਡ ਹੋਏ। ਮਾਸ਼ਾਅੱਲਾ ਦੋਸਤੋ ਭਰਾਓ, ਬਿਲਕੁਲ ਬਹਿਣੇ ਦੇ ਕਰੀਬ। ਬਹਿ ਗਈ ਬਹਿ ਗਈ 1:19:31। ਮਾਸ਼ਾਅੱਲਾ ਦੋਸਤੋ ਭਰਾਓ, ਮਾਦੀਕ ਬੈਠਣ ਦੇ ਬਿਲਕੁਲ ਕਰੀਬ ਆ ਗਈ ਹੈ ਸਾਹਮਣੇ। ਇਹ ਅੱਜ ਦਾ 5ਵਾਂ ਪਰਿੰਦਾ ਹੈ। ਬਹਿ ਗਈ ਜੇ, ਟਾਈਮ ਦੱਸ ਸਕਿਓ? ਠੀਕ 1:52:55। ਮਾਸ਼ਾਅੱਲਾ ਦੋਸਤੋ ਭਰਾਓ, ਹੈ 6ਵਾਂ ਪਰਿੰਦਾ ਅੱਜ ਦਾ। ਵੀਡੀਓ ਲੰਬੀ ਹੋ ਜਾਂਦੀ, ਜ਼ਰਾ ਕੁ ਵੀਡੀਓ ਰੋਕਦੇ ਹਾਂ, ਫੋਨ ਵੀ ਗਰਮ ਪਿਆ ਹੁੰਦਾ ਨਾ। ਹੈ ਦੋਸਤੋ ਭਰਾਓ, 90 ਰੁਪਿਆ ਬਹਿੰਦਾ। ਨਹੀਂ ਨਹੀਂ ਯਾਰ, ਇਕੱਠੇ ਹੀ ਭੇਜਣੇ ਨੇ, ਕਿਹਾ ਵੀ ਟਾਈਮ ਚਾੜ ਕੇ ਤੇ ਇਕੱਠੇ। ਬਹਿ ਗਿਆ ਅੱਜ
58-34। ਐ ਦੋਸਤੋ ਭਰਾਓ, ਕਬੂਤਰ ਬਹਿਣੇ ਦੇ ਬਿਲਕੁਲ ਕਰੀਬ। ਇਹ ਸੱਤਵਾਂ ਕਬੂਤਰ ਬਹਿ ਗਿਆ ਜੇ ਜਾ 2-3-35। ਐ ਦੋਸਤੋ ਭਰਾਓ, ਅੱਠਵਾਂ ਕਬੂਤਰ ਜੇ ਅੱਜ ਦਾ ਅੱਠਵਾਂ ਕਬੂਤਰ। ਬਹਿ ਗਿਆ ਜੀ, ਟਾਈਮ ਦੱਸ ਦਿਓ ਕਿ 2:19। ਉਸ ਤੋਂ ਭਰਾਓ, ਇੱਕ ਮੁਰਗੀ ਬੈਠਣ ਦੇ ਬਿਲਕੁਲ ਕਰੀਬ ਆ ਗਈ। ਅਤੇ ਇੱਕ ਨਾਰੇ, ਇੱਕ ਹੀ ਪਰਿੰਦਾ ਉੱਪਰ ਦੂਰਬੀਨ ਵਿੱਚ ਅੱਗੇ ਲੱਭਿਆ ਅਤੇ ਉਂਝ ਹੁਣ ਨਜ਼ਰ ਨਹੀਂ ਆ ਰਿਹਾ ਫਿਲਹਾਲ। ਬਹਿ ਗਿਆ 2:29। 2:38। ਇਹ ਦੋਸਤੋ ਭਰਾਓ, ਦਸਵਾਂ ਪਰਿੰਦਾ ਬਹਿੰਦਾ ਪਿਆ ਅੱਜ ਦਾ। ਇਸ ਤੋਂ ਪਹਿਲਾਂ 2:38 ਤੇ ਇੱਕ ਬੈਠੀ ਹੈ ਮਾਦੀ। ਇਹ ਨਾਰ ਜ਼ਬਾਨੀ ਕੈਮਰਾ ਪੇ ਫੇਰਨੇ ਆ, ਲਿਖਣ ਦੀ ਵੀਡੀਓ ਬਣ ਰਹੀ ਹੈ। ਦੋਸਤ ਭਰਾ ਕਬੂਲ ਹੀ ਕਰਨ, ਧੁੱਪ ਬੜੀ ਡਾਢੀ ਪੈਂਦੀ ਹੈ, ਸਕਰੀਨ ਵੀ ਸਹੀ ਨਜ਼ਰ ਨਹੀਂ ਆਉਂਦਾ। ਬਹਿ ਗਿਆ ਜੀ 2:39। 7 ਚੌਧਰੀ ਹੁਰਮ ਛੱਤ ਪੀਰ ਫਵਾਦ ਜ਼ੀਮ ਅਮਰਾ ਕਲਾਂ। ਇਹ ਪਹਿਲੇ ਕਬੂਤਰ ਦੀ ਮੋਹਰ ਚੈੱਕ ਕਰਾ ਕੇ ਕਟਾਉਂਦੇ ਹਾਂ ਪਏ। ਇਹ ਦੂਸਰਾ ਕਬੂਤਰ, ਇਹ ਤੀਜਾ ਕਬੂਤਰ, ਇਹ ਚੌਥਾ ਕਬੂਤਰ, ਇਹ ਪੰਜਵਾਂ ਕਬੂਤਰ, ਇਹ ਛੇਵਾਂ ਕਬੂਤਰ, ਇਹ ਸੱਤਵਾਂ ਕਬੂਤਰ, ਇਹ ਅੱਠਵਾਂ ਕਬੂਤਰ, ਇਹ ਨੌਵਾਂ ਕਬੂਤਰ, ਇਹ ਦਸਵਾਂ ਕਬੂਤਰ। ਇਹ ਦੋਸਤੋ ਭਰਾਓ, 10 ਹੀ ਕਬੂਤਰ ਬੈਠੇ ਨੇ।
ਤੇ ਮੋਹਰਾਂ ਚੈੱਕ ਕਰ ਲਈਆਂ ਜੇ ਨਾ, ਬਾਕੀ ਕਿਹੜੀ ਛੱਤ ਦੀ ਤਰਫੋਂ ਆਇਓ। ਠੀਕ ਹੈ ਦੋਸਤੋ ਭਰਾਓ, ਅੱਲਾ ਦੇ ਹਵਾਲੇ, ਹੁਣ ਅਗਲੇ ਸੀਜ਼ਨ ਵਾਸਤੇ ਦੁਆ ਕਰਿਓ।